ਹੁਣ ਪੜੋ ਨਿਊਜ਼ੀਲੈਂਡ ਅਤੇ ਅਮਰੀਕਾ ਵਿੱਚ ਬਿਨਾਂ ਆਈਲੈਟਸ ਤੋਂ ਫੀਸ ਵੀਜ਼ਾ ਲੱਗਣ ਤੋਂ ਬਾਅਦ ਰਾਇਲ ਟ੍ਰੈਵਲਸ 15 ਸਾਲਾਂ ਤੋਂ ਭਰੋਸੇਮੰਦ ਨਾ ਹੁਣ 2.5 ਲੱਖ ਰੁਪਏ ਵਿੱਚ ਵੀ ਕੈਨੇਡਾ ਜਾਣਾ ਸੰਭਵ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 9216892168 ਹੁਣ ਪੜੋ ਨਿਊਜ਼ੀਲੈਂਡ ਅਤੇ ਅਮਰੀਕਾ ਵਿੱਚ ਬਿਨਾਂ ਆਈਲੈਟਸ ਤੋਂ ਫੀਸ ਵੀਜ਼ਾ ਲੱਗਣ ਤੋਂ ਬਾਅਦ ਰਾਇਲ ਟ੍ਰੈਵਲਸ 15 ਸਾਲਾਂ ਤੋਂ ਭਰੋਸੇਮੰਦ ਨਾ ਹੁਣ 2.5 ਲੱਖ ਰੁਪਏ ਵਿੱਚ ਵੀ ਕੈਨੇਡਾ ਜਾਣਾ ਸੰਭਵ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 9216892168 ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹ ਸ਼ੰਕਰ ਵਿੱਚ ਪੈਂਦੇ ਪਿੰਡ ਸਮੁੰਦੜਾ ਦੇ ਪ੍ਰਾਚੀਨ ਸ਼ਿਵ ਮੰਦਿਰ ਮਹੇਸ਼ ਆਨਾ ਤਪ ਸਥਾਨ ਬਾਬਾ ਮਹੇਸ਼ ਜੀ ਵਿਖੇ ਮਹਾ ਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ ਬਹੁਤ ਹੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ। ਸਮਾਗਮ ਦੇ ਪਹਿਲੇ ਦਿਨ ਜਿੱਥੇ ਰਾਮਾਇਣ ਦੇ ਪਾਠ ਸੰਪੂਰਨ ਧਾਰਮਿਕ ਰੋਹ ਰੀਤਾਂ ਨਾਲ ਆਰੰਭ ਕੀਤੇ ਗਏ, ਉੱਥੇ ਪ੍ਰਬੰਧਕ ਕਮੇਟੀ ਵੱਲੋਂ 11ਵੀਂ ਵਿਸ਼ਾਲ ਸ਼ੋਭਾ ਯਾਤਰਾ ਦਾ ਵੀ ਆਯੋਜਨ ਕੀਤਾ ਗਿਆ। ਸਾਲ ਪੁਰਾਣੇ ਬੋਰਡ ਦੇ ਦਰਖਤ ਅਤੇ ਜੰਗਲ ਨੁਮਾ ਹਰਿਆ ਭਰਿਆ ਵਾਤਾਵਰਣ ਹਰ ਇੱਕ ਦੇ ਮਨ ਨੂੰ ਮੋਹ ਲੈਂਦਾ ਹੈ। ਕੁਦਰਤੀ ਆਬੋ ਹਵਾ ਵਿੱਚ ਬਾਬਾ ਮਹੇਸ਼ ਜੀ ਦੀ ਕੀਤੀ ਭਗਤੀ ਅੱਜ ਸ਼ਿਵ ਮੰਦਿਰ ਦੇ ਰੂਪ ਵਿੱਚ ਯਾਦਾਂ ਤੇ ਇਤਿਹਾਸ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ। 15 ਫਰਵਰੀ ਦਿਨ ਐਤਵਾਰ ਨੂੰ ਸਵੇਰ ਵੇਲੇ ਸ਼ੋਭਾ ਯਾਤਰਾ ਦਾ ਆਰੰਭ ਸ਼ਿਵ ਮੰਦਿਰ ਮਹੇਸ਼ਾਨਾ ਸਮੁੰਦੜਾ ਤੋਂ ਕੀਤਾ ਗਿਆ। ਤੈਸ਼ੁਦਾ ਰਸਤੇ ਤੇ ਅਗਾਂਹ ਵਧਦੀ ਹੋਈ ਇਹ ਸ਼ੋਭਾ ਚੱਕ ਗੁਰੂ, ਸਿੰਬਲੀ, ਸਾਉਣਾ, ਬਰਨਾਲਾ ਕਲਾਂ, ਗੁਲਾਮ, ਅਲੀਪੁਰ, ਰੁੜਕੀ ਖਾਸ, ਚੱਕ ਸੰਘਾ, ਚੱਕ ਹਾਜ਼ੀਪੁਰ, ਚੱਕ ਫੁੱਲੂ, ਸਹੁੰਗੜਾ ਅਤੇ ਚੱਕ ਗੁਜਰਾਂ ਆਦਿ ਪਿੰਡਾਂ ਦੀ ਪਰਿਕਰਮਾ ਕਰਦੀ ਹੋਈ ਦੇਰ ਸ਼ਾਮ ਵਾਪਸ ਸ਼ਿਵ ਮੰਦਿਰ ਮਹੇਸ਼ ਆਨਾ ਜਾ ਕੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਦਾ ਮੁੱਖ ਆਕਰਸ਼ਣ ਇਤਿਹਾਸ ਦੇ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦੀਆਂ ਖੂਬਸੂਰਤ ਝਾਕੀਆਂ ਸੀ, ਜਿਨ੍ਹਾਂ ਨੂੰ ਵੇਖ ਕੇ ਹਰ ਇੱਕ ਦੇ ਮਨ ਨੂੰ ਰੂਹਾਨੀ ਤੇ ਇਤਿਹਾਸਿਕ ਤਸੱਲੀ ਮਿਲਦੀ ਸੀ। ਇਹਨਾਂ ਝਾਕੀਆਂ ਨੂੰ ਆਕਰਸ਼ਕ ਬਣਾਉਣ ਲਈ ਵੱਖਰੇ ਵੱਖਰੇ ਸੇਵਕਾਂ ਅਤੇ ਪਿੰਡਾਂ ਨੇ ਆਪਣਾ ਆਪਣਾ ਬਣਦਾ ਯੋਗਦਾਨ ਪਾਇਆ। ਕੋਈ 1 ਕਿਲੋਮੀਟਰ ਲੰਬੀ ਸ਼ੋਭਾ ਯਾਤਰਾ ਦੌਰਾਨ ਇਲਾਕੇ ਦੀਆਂ ਪ੍ਰਸਿੱਧ ਕੀਰਤਨ ਮੰਡਲੀਆਂ ਨੇ ਸ਼ਿਵਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਇਹ ਸਿਲਸਿਲਾ ਸ਼ੋਭਾ ਯਾਤਰਾ ਦੀ ਸਮਾਪਤੀ ਤੱਕ ਨਿਰਵਿਘਨ ਚੱਲਦਾ ਰਿਹਾ। ਨੌਜਵਾਨਾਂ ਦਾ ਉਤਸ਼ਾਹ ਉਹਨਾਂ ਵੱਲੋਂ ਪਾਏ ਭੰਗੜੇ ਤੋਂ ਸਹਿਜ ਹੀ ਜਾਣਿਆ ਜਾ ਸਕਦਾ ਸੀ। ਸ਼ੋਭਾ ਯਾਤਰਾ ਦੇ ਇੰਚਾਰਜ ਵਜੋਂ ਸਰਦਾਰ ਜਸਵੀਰ ਸਿੰਘ ਜੀ ਵੱਲੋਂ ਨਿਭਾਈਆਂ ਸੇਵਾਵਾਂ ਸਲਾਹੁਣ ਯੋਗ ਸਨ। ਸ਼ੋਭਾ ਯਾਤਰਾ ਦੌਰਾਨ ਵੱਖ ਵੱਖ ਪਿੰਡਾਂ ਦੀ ਸੰਗਤ ਵੱਲੋਂ ਜਿੱਥੇ ਫਲ, ਮਿਠਾਈ, ਚਾਹ ਅਤੇ ਪਕੌੜਿਆਂ ਦੇ ਖੁੱਲੇ ਲੰਗਰ ਦਾ ਸ਼ਿਵ ਭਗਤਾਂ ਨੂੰ ਸੇਵਨ ਕਰਾਇਆ ਗਿਆ, ਉੱਥੇ ਪਿੰਡ ਅਲੀਪੁਰ ਦੀ ਸੰਗਤ ਵੱਲੋਂ ਸਰਦਾਰ ਬੂਟਾ ਸਿੰਘ ਜੀ ਦੀ ਅਗਵਾਈ ਹੇਠ ਗੁਰੂਦਵਾਰਾ ਸਿੰਘ ਸਭਾ ਵਿਖੇ ਬਾਬੇ ਨਾਨਕ ਦਾ ਲੰਗਰ ਚਲਾਇਆ ਗਿਆ। ਸ਼ੋਭਾ ਯਾਤਰਾ ਦੇ ਪਿੰਡ ਅਲੀਪੁਰ ਵਿਖੇ ਪਹੁੰਚਣ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਸਰਦਾਰ ਅਮਰਜੀਤ ਸਿੰਘ ਦੇ ਉਚੇਚੇ ਯਤਨਾਂ ਸਦਕਾ ਹਜ਼ਾਰਾਂ ਸ਼ਰਧਾਲੂਆਂ ਲਈ ਗੰਨੇ ਦੇ ਰਸ ਦਾ ਫ੍ਰੀ ਲੰਗਰ ਸਲਾਹੁਣ ਯੋਗ ਸੀ। 16 ਫਰਵਰੀ ਨੂੰ ਪੰਡਿਤ ਕਿਸ਼ੋਰ ਕੁਮਾਰ ਜੀ ਵੱਲੋਂ ਰਾਮਾਇਣ ਦੇ ਪਾਠਾਂ ਦੇ ਪੂਰੀਆਂ ਧਾਰਮਿਕ ਰੋਹ ਰੀਤਾਂ ਅਨੁਸਾਰ ਭੋਗ ਪਾਏ ਗਏ। ਇਸ ਸਮੇਂ ਸ਼ਿਵ ਮੰਦਿਰ ਮਹੇਸ਼ਾਨਾ ਦੀ ਸਮੁੱਚੀ ਕਮੇਟੀ, ਪ੍ਰਧਾਨ ਦਰਸ਼ਨ ਸਿੰਘ, ਉਪ ਪ੍ਰਧਾਨ ਗੁਰਮੀਤ ਸਿੰਘ, ਲੰਗਰ ਦੇ ਪ੍ਰਮੁੱਖ ਸੇਵਾਦਾਰ ਸਰਦਾਰ ਜੋਗਿੰਦਰ ਸਿੰਘ, ਸੰਤ ਮਹਿੰਦਰ ਗਿਰੀ ਜੀ ਸਮੇਤ ਹਾਜ਼ਰ ਸੀ। ਕੋਈ 1 ਲੱਖ ਤੋਂ ਵੱਧ ਗਿਣਤੀ ਚ ਪਹੁੰਚੀ ਸੰਗਤ ਦੀ ਸਹੂਲਤ ਵਾਸਤੇ ਸ਼੍ਰੀ ਹੇਮਰਾਜ ਜੀ ਸਕੱਤਰ ਬਹਾਦਰ ਸਿੰਘ ਸਾਉਣਾ, ਬਲਦੇਵ ਸਿੰਘ ਸਾਉਣਾ, ਬਲਵੀਰ ਸਿੰਘ, ਚਰਨਜੀਤ ਕੌਸ਼ਲ ਸਮੇਤ ਹਰਦੀਪ ਸਿੰਘ ਜੀ ਨੇ ਪਿਛਲੇ 15 ਦਿਨਾਂ ਤੋਂ ਦਿਨ ਰਾਤ ਮਿਹਨਤ ਕੀਤੀ, ਜਿਨ੍ਹਾਂ ਦਾ ਸਾਥ ਚਰਨਜੀਤ ਅਤੇ ਹੋਰ ਸੇਵਾਦਾਰਾਂ ਵੱਲੋਂ ਵਧੀਆ ਢੰਗ ਨਾਲ ਦਿੱਤਾ ਗਿਆ।
ਫਰਵਰੀ ਮਹਾਸ਼ਿਵਰਾਤਰੀ ਦਾ ਮੁੱਖ ਦਿਹਾੜਾ ਸੀ ਜਿਸ ਕਰਕੇ ਸਵੇਰ ਤੋਂ ਹੀ ਇੰਨੀ ਵੱਡੀ ਗਿਣਤੀ 'ਚ ਸ਼ਿਵ ਭਗਤਾਂ ਨੇ ਹਾਜ਼ਰੀ ਭਰੀ ਕਿ ਤਿਲ ਸੁੱਟਣ ਨੂੰ ਵੀ ਥਾਂ ਖਾਲੀ ਨਜ਼ਰ ਨਹੀਂ ਆਈ। ਇਸੇ ਦਿਨ ਸਵੇਰੇ ਅੰਮ੍ਰਿਤ ਵੇਲੇ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂਆਂ ਨੇ ਭਾਗ ਲਿਆ। ਪ੍ਰਭਾਤ ਫੇਰੀ ਦੌਰਾਨ ਸੇਵਾਦਾਰਾਂ ਵੱਲੋਂ ਸੰਗਤ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨ ਅਤੇ ਚਾਹ ਪਕੌੜਿਆਂ ਦੇ ਲੰਗਰ ਦਾ ਉਚੇਚਾ ਪ੍ਰਬੰਧ ਕੀਤਾ ਗਿਆ। ਇਸ ਪ੍ਰਭਾਤ ਫੇਰੀ 'ਚ ਸ਼ਾਮਿਲ ਹੋਣ ਲਈ ਦੂਰੋਂ ਦੂਰੋਂ ਸੰਗਤ ਹਰ ਸਾਲ ਪਹੁੰਚਦੀ ਹੈ। ਸਮੁੱਚੀ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਇਹ ਸ਼ੋਭਾ ਯਾਤਰਾ ਆਪਣੀ ਮਿਸਾਲ ਆਪ ਬਣ ਜਾਂਦੀ ਹੈ। ਸ਼ਿਵ ਭਗਵਾਨ ਦੇ ਮੰਦਿਰ ਤੇ ਨਤਮਸਤਕ ਹੋਣ ਲਈ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ ਅਤੇ ਆਈ ਸੰਗਤ ਨੂੰ ਮੱਥਾ ਟੇਕਣ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ। ਸੰਗਤ ਨੇ ਮੰਦਿਰ ਵਿੱਚ ਦੀਪਮਾਲਾ ਕਰਕੇ ਹਰ ਇੱਕ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਭੋਲੇ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸ਼ਿਵ ਮੰਦਿਰ ਵਿਖੇ ਪਹੁੰਚਣ ਵਾਲੇ ਸ਼ਰਧਾਲੂ ਬਾਬਾ ਰਾਮ ਸਿੰਘ ਜੀ ਦੀ ਸਮਾਧ ਤੇ ਵੀ ਨਤਮਸਤਕ ਹੁੰਦੇ ਨੇ। ਬੱਚਿਆਂ ਦੇ ਮਨੋਰੰਜਨ ਲਈ ਲੱਗੇ ਝੂਲੇ, ਚੰਡੋਲ, ਝੂਟ ਦੇ ਮੇਲਿਆਂ ਦੇ ਸ਼ੌਕੀਨ ਅਤੇ ਵੱਖ ਵੱਖ ਤਰ੍ਹਾਂ ਦੇ ਸਮਾਨ ਨਾਲ ਸਜੀਆਂ ਦੁਕਾਨਾਂ ਸੱਚਮੁੱਚ ਮਹਾ ਸ਼ਿਵਰਾਤਰੀ ਦੇ ਸਮਾਗਮ ਨੂੰ ਵੱਡੇ ਮੇਲੇ ਦਾ ਰੂਪ ਪ੍ਰਦਾਨ ਕਰ ਰਹੇ ਸਨ। ਲੋਕਾਂ ਨੇ ਆਪਣੀ ਲੋੜ ਅਨੁਸਾਰ ਸਮਾਨ ਦੀ ਖਰੀਦੋ ਫਰੋਖਤ ਕੀਤੀ। ਪ੍ਰਾਚੀਨ ਸ਼ਿਵ ਮੰਦਿਰ ਵਿੱਚ ਮਹੇਸ਼ਾਨਾ ਵਿਖੇ ਬਣੇ ਸਰੋਵਰ ਦੇ ਨਿਰਮਲ ਜਲ ਵਿੱਚ ਜਿੱਥੇ ਖਾਸ ਕਰਕੇ ਬੱਚਿਆਂ ਨੇ ਚੁੱਭੀਆਂ ਲਗਾਉਣ ਦਾ ਭਰਪੂਰ ਆਨੰਦ ਮਾਣਿਆ, ਉੱਥੇ ਆਮ ਸ਼ਰਧਾਲੂਆਂ ਨੇ ਵੀ ਸ਼ਿਵਰਾਤਰੀ ਇਸ਼ਨਾਨ ਕਰਕੇ ਸੁਖਦ ਆਨੰਦ ਪ੍ਰਾਪਤ ਕੀਤਾ। 1 ਲੱਖ ਤੋਂ ਵੱਧ ਗਿਣਤੀ 'ਚ ਪਹੁੰਚੀ ਸੰਗਤ ਲਈ ਲੰਗਰ ਤਿਆਰ ਕਰਨ ਦਾ ਕਾਰਜ ਵੀ ਔਖਾ ਕਾਰਜ ਹੈ, ਪਰੰਤੂ ਕਮੇਟੀ ਮੈਂਬਰਾਂ ਤੇ ਸੇਵਾਦਾਰਾਂ ਦੀ ਸ਼ਰਧਾ ਅੱਗੇ ਇਹ ਕਾਰਜ ਕਾਫੀ ਸੌਖਾ ਲੱਗ ਰਿਹਾ ਸੀ ਅਤੇ ਵੱਡੇ ਪੱਧਰ ਤੇ ਲੰਗਰ ਦੀ ਸੇਵਾ ਇੱਥੇ ਦੇਖਣ ਨੂੰ ਮਿਲੀ। 3 ਦਿਨਾਂ ਦੇ ਧਾਰਮਿਕ ਸਮਾਗਮ ਦੌਰਾਨ ਚਾਹ ਅਤੇ ਭੋਜਨ ਦਾ ਲੰਗਰ ਦਿਨ ਰਾਤ ਨਿਰਵਿਘਨ ਚਾਲੂ ਰੱਖਿਆ ਗਿਆ, ਜਿਸ ਲਈ ਕਮੇਟੀ ਵੱਲੋਂ ਕੀਤੇ ਪੁਖਤਾ ਪ੍ਰਬੰਧਾਂ ਦੀ ਸਰਾਹਨਾ ਕਰਨੀ ਬਣਦੀ ਹੈ। ਆਪਣੇ ਮਨ ਦੇ ਵਕਾਰਾਂ ਨੂੰ ਦੂਰ ਕਰਨ ਦਾ ਸਭ ਤੋਂ ਸੁਖਾਲਾ ਢੰਗ ਸੰਗਤ ਦੇ ਜੂਠੇ ਬਰਤਨਾਂ ਦੀ ਸਫਾਈ ਕਰਨਾ ਹੈ। ਨੌਜਵਾਨਾਂ ਨੇ ਅਜਿਹਾ ਕਰਕੇ ਨਾਲੇ ਪੁੰਨ ਨਾਲੇ ਫਲੀਆਂ ਵਾਲੇ ਮੁਹਾਵਰੇ ਨੂੰ ਸੰਪੂਰਨ ਕਰ ਵਿਖਾਇਆ। ਮੇਲੇ ਵਿੱਚ ਕਾਰ, ਸਕੂਟਰ ਤੇ ਮੋਟਰਸਾਈਕਲਾਂ ਦੀ ਸਾਂਭ ਸੰਭਾਲ ਲਈ ਕਮੇਟੀ ਵੱਲੋਂ ਸ਼ਲਾਘਾ ਯੋਗ ਪ੍ਰਬੰਧ ਕੀਤਾ ਗਿਆ ਸੀ, ਜਿਸ ਨਾਲ ਸ਼ਰਧਾਲੂਆਂ ਨੂੰ ਗੱਡੀਆਂ ਪਾਰਕ ਕਰਨ ਲਈ ਕੋਈ ਮੁਸ਼ਕਿਲ ਪੇਸ਼ ਨਹੀਂ ਆਈ। ਮਹਾ ਸ਼ਿਵਰਾਤਰੀ ਉਤਸਵ ਤੇ ਰਾਤ ਸਮੇਂ ਸ਼ਰਧਾਲੂਆਂ ਦੀ ਗਿਣਤੀ ਦਿਨ ਦੇ ਮੁਕਾਬਲੇ ਵੱਧ ਜਾਂਦੀ ਹੈ ਅਤੇ ਸੰਗਤ ਸਾਰੀ ਰਾਤ ਹਾਜ਼ਰੀ ਭਰਦੀ ਹੈ। ਇਹ ਇਕੱਠ ਵੇਖਿਆ ਹੀ ਬਣਦਾ ਹੈ। ਰਾਤ ਸਮੇਂ ਭਗਵਾਨ ਸ਼ਿਵ ਜੀ ਦੀ ਮਹਿਮਾ ਦਾ ਗੁਣਗਾਨ ਕਰਨ ਲਈ ਗਾਇਕਾ ਪੰਮਾ ਡੂਮਵਾਲ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਨੂੰ ਸ਼ਿਵ ਭਗਤਾਂ ਵੱਲੋਂ ਸਲਾਹਿਆ ਗਿਆ। ਧਾਰਮਿਕ ਗੀਤਾਂ ਅਤੇ ਭਜਨਾਂ ਦੀ ਪੇਸ਼ਕਾਰੀ ਸਵੇਰ ਹੋਣ ਤੱਕ ਜਾਰੀ ਰਹੀ। ਸਰਦਾਰ ਦਰਸ਼ਨ ਸਿੰਘ ਪ੍ਰਧਾਨ ਅਤੇ ਹੋਰ ਕਮੇਟੀ ਮੈਂਬਰਾਂ ਵੱਲੋਂ ਸ਼ਿਵ ਮੰਦਿਰ ਲਈ ਮਾਲੀ ਸਹਾਇਤਾ ਪ੍ਰਦਾਨ ਕਰਨ ਵਾਲੇ ਵੱਖ ਵੱਖ ਪਰਿਵਾਰਾਂ ਦਾ ਸਰਦਾਰ ਅਵਤਾਰ ਸਿੰਘ ਗੋਬਿੰਦਪੁਰੀ ਦੀ ਹਾਜ਼ਰੀ 'ਚ ਮਾਨ ਸਨਮਾਨ ਕੀਤਾ ਗਿਆ। ਇੰਨੇ ਵੱਡੇ ਮੇਲੇ 'ਚ ਕਿਸੇ ਅਣਸੁਖਾਵੀ ਘਟਨਾ ਨੂੰ ਟਾਲਣ ਲਈ ਪ੍ਰਬੰਧਕਾਂ ਵੱਲੋਂ ਸਮੁੰਦੜਾ ਪੁਲਿਸ ਚੌਂਕੀ ਦੇ ਮੁਲਾਜ਼ਮਾਂ ਅਤੇ ਥਾਣਾ ਇੰਚਾਰਜ ਦੀਆਂ ਸੇਵਾਵਾਂ ਲਈਆਂ ਗਈਆਂ, ਜਿਨ੍ਹਾਂ ਨੂੰ ਉਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਇਆ। ਅਗਲੇ ਸਾਲ ਫੇਰ ਮਿਲਣ ਦਾ ਵਾਅਦਾ ਕਰਦਾ ਹੋਇਆ ਮਹਾ ਸ਼ਿਵਰਾਤਰੀ ਦਾ ਇਹ ਸਮਾਗਮ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਭਗਤ ਬਾਬਾ ਦੁਨੀ ਚੰਦ ਜੀ ਦੀ ਯਾਦ ਵਿੱਚ 55ਵਾਂ ਸਲਾਨਾ ਬਰਸੀ ਅਤੇ ਟੂਰਨਾਮੈਂਟ ਪਿੰਡ ਮਹੀਆਂ ਵਾਲਾ ਕਲਾ ਤਹਿਸੀਲ ਜੀਰਾ ਫਿਰੋਜ਼ਪੁਰ ਵਿਖੇ ਕਰਵਾਇਆ ਜਾ ਰਿਹਾ ਹੈ। 1 ਮਾਰਚ ਨੂੰ ਨਗਰ ਕੀਰਤਨ ਅਤੇ 2 ਮਾਰਚ ਨੂੰ ਅਖੰਡ ਪਾਠਾਂ ਦੇ ਭੋਗ ਉਪਰੰਤ ਭਾਰੀ ਦੀਵਾਨ ਸਜਣਗੇ। 3 ਮਾਰਚ ਨੂੰ ਲੜਕੀਆਂ ਦਾ ਸ਼ੋਅ ਮੈਚ ਅਤੇ 4 ਮਾਰਚ ਨੂੰ ਪਿੰਡ ਵਾਰ ਓਪਨ ਮੈਚ ਕਰਵਾਏ ਜਾਣਗੇ। ਵੱਲੋਂ ਸਮੂਹ ਕਮੇਟੀ ਮੋਬਾਈਲ ਨੰਬਰ 88
3507 94631 0031 94632 40182 95928 53170।